ਜਿਹੜੇ ਪਹਿਲੇ ਸਲਾਮ ਕਰਦੇ ਸਨ ਨਾ, ਪਿਓ ਦੀ ਸ਼ਹਾਦਤ ਦੇ ਬਾਅਦ ਸਾਡੇ ਕੋਲ ਕਿਸੇ ਫਾਤਿਹਾ ਕੀ ਪੜ੍ਹਨਾ ਸੀ, ਉਹ ਸਾਨੂੰ ਸਲਾਮ ਕਰਨੀ ਛੱਡ ਗਿਆ। ਤਰੇ ਤਰੇ ਦਿਨ ਗਰੀਬਾਂ ਦੀਆਂ ਲਾਸ਼ਾਂ ਕਰਬਲਾ ਦੇ ਮੈਦਾਨ ਚ ਪਈਆਂ ਰਹੀਆਂ, ਭੈਣਾਂ ਇੰਨੀ ਚੁੱਪ ਕਰਕੇ ਲੰਘ ਗਈਆਂ ਹਸਰਤ ਲੈ ਕੇ। ਅੱਜ ਜਿਹੜਾ ਪੂਰੀ ਕਾਇਨਾਤ ਚ ਜਾ ਕੇ ਹੁਣ ਮੀਡੀਆ ਨੇ ਸਭ ਕੁਝ ਦੱਸ ਦਿੱਤਾ, ਸਾਡੇ ਦੱਸਣ ਦੀ ਜ਼ਰੂਰਤ ਹੀ ਨਹੀਂ। ਕੋਈ ਸ਼ਹਿਰ ਐਸਾ ਨਹੀਂ, ਕੋਈ ਪਿੰਡ ਐਸਾ ਨਹੀਂ, ਕੋਈ ਮੁਲਕ ਐਸਾ ਨਹੀਂ ਜਿੱਥੇ ਹਾਏ ਹੁਸੈਨ ਨਹੀਂ ਹੋ ਰਿਹਾ। ਕਿੰਨਾ ਕੁ ਰੋਕੇਗਾ? ਇਮਾਮ ਹੁਸੈਨ ਉਹ ਕਰੀਮ ਹੈ, ਕਰੀਮ ਫਰਮਾਉਂਦੇ ਮੇਰਾ ਸਿਰ ਹੀ ਲਾਲ ਹੋ ਗਿਆ ਨਾ, ਤੇ ਜੇ 1400 ਮੀਲਾਂ ਤੇ ਤੌਹੀਦ ਬਚਾਉਂਦਾ ਨਾ ਜਾਵਾਂ, ਮੈਂ ਹੁਸੈਨ ਹੀ ਨਹੀਂ ਹਾਂ। ਨੋ ਕਿੰਨੇ ਦਾ ਤੇ ਕੁਰਾਨ ਪੜ੍ਹ ਕੇ ਦੱਸਿਆ ਅੱਲਾ ਜ਼ਿੰਦਾ ਕਿਵੇਂ ਜੇ ਇੰਜ ਜ਼ਿੰਦਾ ਜੀ। لہو میں غرق جبین نیاز ہوتی ہے، لہو میں غرق جبین نیاز ہوتی ہے، وجود رب الا کا جواز ہوتی ہے۔ کریم فرمیدن ایسا جدو میرے نانے نے چند دے ٹکڑے کیتے نا، یہ وہ زمانہ سی جدو بندے پتھر پوجن لے سن، درختوں پوجن لے سن۔ ਅਗਰ ਸਾਡਾ ਨਾਨਾ ਸਜਦੇ ਚ ਸਿਰ ਨਾ ਰੱਖਦਾ, ਬੰਦੇ ਮੁਹੰਮਦ ਨੂੰ ਹੀ ਅੱਲਾ ਮੰਨ ਲੈਂਦੇ। ਅਸਾਂ ਸਜਦੇ ਚ ਸਿਰ ਰੱਖ ਕੇ ਦੱਸਿਆ ਅਸੀਂ ਅੱਲਾ ਨਹੀਂ, ਅਸੀਂ ਤੌਹੀਦ ਦੱਸਣਾ ਆ, ਤੌਹੀਦ ਬਚਾਉਣਾ ਆ। ਅਗਰ ਅਸਾਂ ਤੌਹੀਦ ਸੂਰਜ ਨੂੰ ਬੁਲਾ ਕੇ, ਕਰੀਮ ਫਰਮਾਉਂਦੇ ਜਦੋਂ ਸੂਰਜ ਨੂੰ ਜਨਾਬੇ ਅਲੀ ਬੁਲਾਇਆ ਨਾ, ਉਦੋਂ ਸਿਹਾਬੀ ਜਿੰਨੇ ਸੀ ਦੌੜੇ, ਜਾ ਕੇ ਉਹਨਾਂ ਕਹਿੰਦੇ ਯਾ ਰਸੂਲ ਅੱਲਾ ਸਿੱਧੀ ਤਰ੍ਹਾਂ ਕਿਉਂ ਨਹੀਂ ਦੱਸਦਾ ਅਲੀ ਕੀ ਹੈ? ਕਿਉਂਕਿ ਇੱਕ ਨਬੀ ਨੇ ਦਰਬਾਰ ਚ ਕਿਹਾ ਸੀ ਜਨਾਬ ਇਬਰਾਹਿਮ ਨੇ, ਜੇ ਤੂੰ ਖੁਦਾ ਹੈ ਤੇ ਸੂਰਜ ਕੱਢ ਕੇ ਵਿਖਾ। ਲੋਕਾਂ ਦੇ ਜ਼ਿਹਨ ਵਿੱਚ ਸੀ ਜਿਹੜਾ ਸੂਰਜ ਕੱਢੇ ਉਹ ਖੁਦਾ ਹੁੰਦਾ। ਜਿਸ ਵੇਲੇ ਜਨਾਬ ਅਮੀਰ ਨੇ, ਹਾਲਾਂਕਿ ਚਾਹੀਦਾ ਤੇ ਇਹ ਸੀ ਕਿ ਜਦੋਂ ਚੰਨ ਦੇ ਟੁਕੜੇ ਨਬੀਆਂ ਦੇ ਸਰਦਾਰ ਆਪ ਕੀਤੇ ਸੀ, ਸੂਰਜ ਵੀ ਆਪ ਬੁਲਾਉਂਦਾ, ਮਗਰ ਚੰਨ ਦੇ ਟੁਕੜੇ ਆਪ ਕਰ ਦਿੱਤੇ। ਜਦੋਂ ਸੂਰਜ ਦੀ ਵਾਰੀ ਆਈ ਉਦੋਂ ਅਲੀ ਨੂੰ ਹੁਕਮ ਦੇ ਦਿੱਤਾ, ਤਾਂ ਕਿ ਜਿਹੜੇ ਬੰਦੇ ਅਲੀ ਅਲੈਹ ਸਲਾਮ ਦੇ ਮੁਤਲਕ ਗੱਲਾਂ ਕਰਦੇ ਸਨ, ਆ ਕੀ ਉਹ ਕੀ ਕੁੜਬੁਰ ਕਰਦੇ ਸਨ, ਉਹਨਾਂ ਦਾ ਮੂੰਹ ਬੰਦ ਹੋ ਜਾਏ ਅਲੀ ਕਿਸ ਅਜ਼ਮਤ ਦਾ ਮਾਲਿਕ ਹੈ। ਮੌਲਾ ਤਮਾਬਾਦ ਰੱਖਣ ਬੰਦੇ ਜਿਸ ਵੇਲੇ ਦੌੜੇ, ਉਹਨੇ ਜਾ ਕੇ ਵੇਖਿਆ, ਕਰੀਮ ਫਰਮਾਉਂਦੇ ਮੇਰੇ ਤੋਂ ਨਾ ਪੁੱਛੋ, ਜਾ ਕੇ ਅਲੀ ਨੂੰ ਪੁੱਛੋ, ਮੈਂ ਤੁਹਾਨੂੰ ਕੀ ਦੱਸੂ। ਜਿਸ ਵੇਲੇ ਉਹਨੇ ਜਾ ਕੇ ਜਨਾਬ ਅਮੀਰ ਨੂੰ ਵੇਖਿਆ, ਜਨਾਬ ਅਲੀ ਸਜਦੇ ਚ ਸਰ ਰੱਖ ਕੇ ਦੁਆ ਪੇ ਮੰਗਣੇ, ਮਾਲਿਕ ਜੈਸਾ ਤੂੰ ਖਾਲਿਕ ਹੈ ਤੇਰੀ ਹਮਦ ਹੀ ਨਾ ਕਰ ਸਕੇ। ਕਰੀਮ ਫਰਮਾਉਂਦੇ ਕਾਇਨਾਤ ਚ ਤੌਹੀਦ ਅਸਾਂ ਹੀ ਦੱਸੀ ਹੈ ਤੇ ਅਸਾਂ ਹੀ ਬਚਾਈ। ਸਰਕਾਰੇ ਮੋਈਨੁਦੀਨ ਚਿਸ਼ਤੀ ਅਜਮੇਰੀ ਸ਼ੀਆ ਨਹੀਂ ਸਨ, ਇੱਕ ਵਲੀ ਸਨ, ਉਹਨਾਂ ਨੇ ਜਿਹੜਾ ਲਿਖਿਆ ਨਾ ਸ਼ਾਹ ਵੀ ਹੁਸੈਨ ਹੈ, ਬਾਦਸ਼ਾਹ ਵੀ ਹੁਸੈਨ ਹੈ, ਦੀਨ ਵੀ ਹੁਸੈਨ ਹੈ, ਦੀ ਪਨਾਹ ਵੀ ਹੁਸੈਨ ਹੈ, ਹੱਕਾ ਕੇ ਬਿਨਾ ਲਾ ਇਲਾਹ, ਕਲਮੇ ਦੀ ਬੁਨਿਆਦ ਵੀ ਹੁਸੈਨ ਹੈ। ਮੈਂ ਪੁੱਛਿਆ ਆਪਣੇ ਆਪ ਨੂੰ ਕਲਬੇ ਬਾਸ, ਅਗਰ ਜਨਾਬ ਮੋਈਨੁਦੀਨ ਚਿਸ਼ਤੀ ਲਿਖਦੇ ਸ਼ਾਹ ਵੀ ਮੁਹੰਮਦ ਹੈ, ਇਤਰਾਜ਼ ਹੀ ਨਾ ਹੁੰਦੇ। ਸਾਨੂੰ ਤੇ ਪਤਾ ਹੈ ਕਰੀਮ ਨੇ ਫਰਮਾਇਆ ਨਬੀ ਮੈਂ ਆਖਰੀ ਹਾਂ, ਮੇਰੇ ਬਾਅਦ ਨਬੀ ਕੋਈ ਨਹੀਂ, ਮੇਰੇ 12 ਨਾਇਬ ਨੇ ਤੇ 12 ਦੇ 12 ਹੀ ਮੁਹੰਮਦ ਨੇ, ਸਾਡੇ ਸਾਹਮਣੇ ਦੇ ਕਿਸੇ ਦਾ ਵੀ ਨਾਂ ਲਵੇ ਹੈ ਮੁਹੰਮਦ ਹੀ। ਤੇ ਬਾਦਸ਼ਾਹ ਨੇ ਇਹ ਕਿਉਂ ਲਿਖਿਆ ਸ਼ਾਹ ਵੀ ਮੁਹੰਮਦ, ਬਾਦਸ਼ਾਹ ਵੀ ਮੁਹੰਮਦ, ਦੀਨ ਵੀ ਮੁਹੰਮਦ, ਦੀ ਪਨਾਹ ਵੀ ਮੁਹੰਮਦ, ਤਾਂ ਕਿ ਰੋਲੇ ਹੀ ਨਾ ਪੈਂਦੇ, ਕਲਮੇ ਦੀ ਬੁਨਿਆਦ ਵੀ ਮੁਹੰਮਦ, ਇਹ ਨਹੀਂ ਲਿਖਿਆ। ਉਹਨਾਂ ਨੇ ਜਵਾਬ ਦਿੱਤਾ ਕਲਬੇ ਅੱਬਾਸ ਤੈਨੂੰ ਪਤਾ ਮੇਰੇ ਬਾਅਦ 60 ਸਾਲਾਂ ਵਿੱਚ
शरीयत दा हाल यजीद ने की कीता, उस आख्या ना कोई रसूल, ना कोई कुरान, ना कोई वही, ना कोई हलाल, ना कोई हराम। इमाम हुसैन एवें नहीं मैदान च आ गया, साख्या मेरे प्यो दादे हुंदे ਉਹ ਵੇਖਦੇ ਮੈਂ ਬਦਲ ਦੇ ਬਦਲੇ ਖਿੰਜ ਲਏ। ਜਿਸਲੇ ਉਸੇ ਕਿਹਾ ਨਾ, ਨਾ ਕੋਈ ਰਸੂਲ, ਨਾ ਕੋਈ ਕੁਰਾਨ, ਨਾ ਕੋਈ ਹਲਾਲ, ਨਾ ਕੋਈ ਹਰਾਮ। ਔਰਤ ਔਰਤ ਹੀ ਹੁੰਦੀ ਹੈ, ਭਾਵੇਂ ਮਾਂ ਹੋਵੇ, ਭਾਵੇਂ ਭੈਣ ਹੋਵੇ, ਭਾਵੇਂ ਧੀ ਹੋਵੇ। ਇਸ ਮਤਲਬ ਉਹਨੇ ਕਿਹਾ ਜੇ ਪਿਓ ਮਰ ਜੇ ਬੰਦਾ ਮਕਾਨ ਤੇ ਕਬਜ਼ਾ ਕਰ ਸਕਦਾ ਤੇ ਮਾਂ ਤੇ ਕਿਉਂ ਨਹੀਂ ਕਰ ਸਕਦਾ। इमाम हुसैन जिहड़ा है वो शिया सुन्नी का इमाम नहीं, इमाम हुसैन मुस्लिम इंसानियत है।